ਅੰਮ੍ਰਿਤਸਰ ਦੀ ਡਾਕਟਰ ਗੁਰਪ੍ਰੀਤ ਕੌਰ ਜੋ ਕਿ ਡਾਕਟਰ ਪੇਸ਼ੇ ਨਾਲ ਇੱਕ ਸਮਾਜ ਸੇਵਕ ਵੀ ਹਨ ਕੋਰੋਨਾ ਮਹਾਮਾਰੀ ਵਿੱਚ ਲੋੜਵੰਦ ਲੋਕਾਂ ਦੀ ਸੇਵਾ ਕੀਤੀ ਉੱਥੇ ਹੀ ਰੱਖੜੀ ਦਾ ਤਿਉਹਾਰ ਜੋ ਕਿ ਭੈਣ ਭਰਾ ਦਾ ਪਿਆਰ ਦਾ ਪ੍ਰਤੀਕ ਹੈ ਉੱਥੇ ਡਾਕਟਰ ਗੁਰਪ੍ਰੀਤ ਕੌਰ ਅੱਜ ਪੰਜਾਬ ਪੁਲਿਸ ਦੇ ਜਵਾਨ ਜੋ ਕਿ ਕੋਰੋਨਾ ਮਹਾਮਾਰੀ ਵਿੱਚ 24 ਘੰਟੇ ਡਿਊਟੀ ਕਰਨੀ ਪੈਂਦੀ ਹੈ ਉਹਨਾਂ ਨੂੰ ਰੱਖੜੀ ਬੰਨ੍ਹੀ सब तो पहले तो प्यार भरी सत श्री अकाल सारियां नूं ते अज मैं रखड़ी बन्नन आई हाँ कनपुर काले चौंकी चार्ज सरदार रजिंदर सिंह नाल उन्हां दे सारे स्टाफ मैंबर नूं क्यों रखड़ी बन्नन आई हाँ उहदे पिछे भी कारण सीगा कि मेरे सारे ये वीरां ने जिन्ना करोना महामारी दे विच साडा पुलिस प्रशासन साडे डॉक्टर साहिबान या मैडिकल स्टाफ जिन्ना भी सीगा असीं सारियां ने अपनी अपनियां जिहड़ियां सेवां निभाईआं हुण हजे भी जो हालात चल रहे ने उहदे अकॉर्डिंग सरू नहीं घर नहीं सी जा सकते ते मैं अपने प्रोफेशन नूं देखदे हुए अपनी एक ड्यूटी नूं समझदे हुए कि नहीं मेरा फर्ज बनता है कि जे उस हालातों दे विच सर हुणां ने साडी इन्नी हैल्प कीती है कि सानूं हर तरह नाल सेफ रख्या ते अज मेरा फर्ज बनता सीगा एक भैण होण दे नाते कि जिहड़ा ये पवित्र रिश्ता है एक भैण भरा दा रखड़ी दा ते मैं जाके अपना फर्ज निभावां ते अपने सारे जिन्ने भी मेरे वीर ने सब नूं रखड़ी बन्ना जो मैं अज इत्थे आके रखड़ी जिहड़ी है सारे वीरां नूं बन्नी है मैनूं बहुत अपने मन नूं मतलब बहुत खुशी हो रही है। ਤੁਸੀਂ ਵੇਖਦੇ ਹੋ ਕੋਰੋਨਾ ਮਹਾਮਾਰੀ ਦੇ ਦੌਰਾਨ ਜਿਹੜੇ 3-4 ਮਹੀਨੇ ਲੰਘੇ ਨੇ ਪੁਲਿਸ ਦੀ ਛਵੀ ਵਿੱਚ ਜਿਹੜੀ ਆ ਲੋਕਾਂ ਦੇ ਮਨਾਂ ਵਿੱਚ ਇੱਕ ਨਵੀਂ ਹੀ ਉਭਰ ਕੇ ਆਈ ਹੈ। ਬਿਲਕੁਲ ਸਰ ਬਿਲਕੁਲ ਜਿੰਨਾ ਰਾਤ ਦਿਨ ਇੱਕ ਪੁਲਿਸ ਪ੍ਰਸ਼ਾਸਨ ਨੇ ਕੀਤਾ ਤੇ ਮੈਂ ਮਤਲਬ ਬਹੁਤ ਸਲਿਊਟ ਮੈਂ ਤੇ ਆਲ ਟਾਈਮ ਜਦੋਂ ਲਾਈਵ ਹੁੰਦੀ ਆ ਮੈਂ ਸਲਿਊਟ ਦਿੰਦੀ ਸੀਗੀ ਕਿ ਨਹੀਂ ਸਾਡੇ ਜਿਹੜੇ ਇਸ ਮਹਿਕਮੇ ਨੇ ਜੋ ਲੋਕਾਂ ਦਾ ਇੱਕ ਮਨ ਦੇ ਵਿੱਚ ਸੀਗਾ ਵੀ ਨਹੀਂ ਪੁਲਿਸ ਜੀ ਇੱਦਾਂ ਹੈ ਪੁਲਿਸ ਗਲਤ ਆ ਪੁਲਿਸ ਲੋਕਾਂ 'ਤੇ ਨਜਾਇਜ਼ ਕਰਦੀ ਹੈ ਇੱਦਾਂ ਦਾ ਕੁਛ ਨਹੀਂ ਆ ਜੇ ਅਸੀਂ ਤੁਸੀਂ ਰਲ ਕੇ ਉਹਨਾਂ ਦਾ ਸਾਥ ਦਈਏ ਤਾਂ ਮੈਨੂੰ ਲੱਗਦਾ ਹੈ ਇੰਨਾ ਭਰਾਵਾਂ ਤੋਂ ਵੱਧ ਕੇ ਕੁਛ ਨਹੀਂ ਹੈਗਾ। ਨਹੀਂ ਸਰ ਇਹ ਹਰ ਸਾਲ ਜਦੋਂ ਤੱਕ ਸਮਝ ਲਓ ਮੇਰੇ ਸਾਹ ਨੇ ਇਹ ਹਰ ਸਾਲ ਜਿਹੜਾ ਹੁਣ ਰੱਖੜੀ ਦਾ ਤਿਉਹਾਰ ਆ ਮੈਂ ਇਹ ਮਨਾਇਆ ਕਰਾਂਗੀ ਆ ਕੇ। ਉਹਨਾਂ ਲਈ ਭੈਣਾਂ ਲਈ ਵੀ ਮੈਂ ਇਹੀ ਮੇਰੀ ਰਿਕੁਐਸਟ ਆ ਕਿ ਜਿਹੜੀਆਂ ਭੈਣਾਂ 'ਤੇ ਨਹੀਂ ਜਾ ਸਕਦੀਆਂ ਦੂਰ ਦੁਰਾਂਡੇ ਨੇ ਕਿ ਨਹੀਂ ਆ ਸਕਦੀਆਂ ਉੱਥੋਂ ਅਤੇ ਜੇ ਮੇਰੇ ਵਰਗੀ ਮੈਂ ਆਪਣੇ 'ਤੇ ਨਹੀਂ ਲੈਂਦੀ ਜੇ ਸੇਵਾ ਕੋਈ ਜਾ ਕੇ ਉੱਥੇ ਵੀ ਕਰੇ BSF ਕਿਉਂਕਿ ਅਸੀਂ ਨਹੀਂ ਸੀ ਜਾ ਸਕਦੇ ਸਾਨੂੰ ਪਰਮਿਸ਼ਨ ਨਹੀਂ ਮਿਲੀ ਫਿਰ ਮੈਂ ਇੱਧਰ ਤਾਂ ਬੰਨੀ ਬੰਨੀ ਸੀਗੀ ਰੱਖੜੀ ਅਤੇ ਉੱਧਰ ਸਾਨੂੰ ਪਰਮਿਸ਼ਨ ਨਹੀਂ ਮਿਲੀ ਮੈਂ ਚਾਹਾਂਗੀ ਕਿ ਜੇ ਲਾਗੇ ਉਹਨਾਂ ਦੇ ਕੋਈ BSF ਦੇ ਲਾਗੇ ਕੋਈ ਪਿੰਡ ਆ ਕੁਛ ਵੀ ਹੈ ਤਾਂ ਉਹ ਭੈਣਾਂ ਜ਼ਰੂਰ ਉਸ ਵੀਰਾਂ ਨੂੰ ਰੱਖੜੀ ਬੰਨਣ ਜਿਹੜੀ ਸਿਰਫ ਇੱਕ ਸਾਡੀ ਸੇਵਾ ਦੇ ਲਈ ਦਿਨ ਰਾਤ ਉੱਥੇ ਖੜ੍ਹੇ ਨੇ। ਭਾਅ ਜੀ ਮੈਂ ਰਜਿੰਦਰ ਸਿੰਘ ਚੌਂਕੀ ਜੱਜ ਕਨਪੁਰ ਕਾਲੇ ਰੱਖੜੀ ਦਾ ਇੱਕ ਤਿਉਹਾਰ ਭੈਣ ਭਰਾਵਾਂ ਦਾ ਬਹੁਤ ਵਧੀਆ ਤਿਉਹਾਰ ਆ ਅਤੇ ਮੈਂ ਹੀ ਬੜੇ ਸੁਭਾਗੇ ਹਾਂ ਕਿ ਸਾਨੂੰ ਵੀ ਕੋਈ ਇਸ ਕਾਬਲ ਸਮਝ ਕੇ ਖੰਡ ਵਾਲੇ ਚੌਂਕ ਤੋਂ ਸਾਡੀ ਭੈਣ ਜੀ ਸਾਨੂੰ ਰੱਖੜੀ ਬੰਨਣ ਆਏ ਆ ਚੌਂਕੀ ਇੰਚਾਰਜ ਬਤੌਰ ਮੁਲਾਜ਼ਮ ਹੁੰਦਿਆਂ ਨਹੀਂ ਤਾਂ ਮੁਲਾਜ਼ਮਾਂ ਤੋਂ ਲੋਕ ਬਹੁਤ ਨਫ਼ਰਤ ਕਰਦੇ ਆ ਪਰ ਇਹ ਪਹਿਲਾ ਚਾਂਸ ਸਾਹਿਬ ਵੀ ਇਹਨੇ ਸਾਡੀ ਭੈਣ ਨੇ ਆ ਕੇ ਸਾਨੂੰ ਚੌਂਕੀ ਦੇ ਵਿੱਚ ਆਪਣਾ ਭਰਾ ਮੰਨ ਕੇ ਅਤੇ ਰੱਖੜੀ ਬੱਧੀ ਆ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪਰ ਅੱਜ ਲੋਕਡਾਊਨ ਦੇ ਦੌਰਾਨ ਕਰਫਿਊ ਦੌਰਾਨ ਦੇਖਿਆ ਕਿ ਪੰਜਾਬ ਪੁਲਿਸ ਨੇ ਜਿੱਥੇ ਲੋਕਾਂ ਦੀ ਸੇਵਾ ਕੀਤੀ ਹੈ ਉੱਥੇ ਨਾਲ ਹੀ ਰਾਸ਼ਨ ਵੀ ਲੋੜਵੰਦ ਘਰਾਂ 'ਚ ਪਹੁੰਚਾਇਆ ਅਤੇ ਹੁਣ ਇੱਦਾਂ ਦੇ ਤਿਉਹਾਰ ਜਿਹੜੇ ਲੋਕ ਪੰਜਾਬ ਪੁਲਿਸ ਦੇ ਨਾਲ ਰਲ ਕੇ ਮਿਲਾ ਰਹੇ ਆ ਇਹਨੂੰ ਕਿਸ ਤਰ੍ਹਾਂ ਮਹਿਸੂਸ ਕਰਦੇ ਹੋ ਕਿਸ ਤਰ੍ਹਾਂ ਦੇਖਦੇ ਹੋ? ਮੈਂ ਸਮਝਦਾ ਜੀ ਐਰਕਾਂ ਜੋ ਕਰੋਨਾ ਦੀ ਮਹਾਂਮਾਰੀ ਇਹ ਬਿਮਾਰੀ ਚੱਲੀ ਆ ਇਹਦੇ ਵਿੱਚ ਪੁਲਿਸ ਨੇ ਲੋਕਾਂ ਨੇ ਸੰਸਥਾ ਜਿੰਨੀਆਂ ਸਾਡੀਆਂ ਭੈਣ ਨੇ ਵੀ ਬੜੀ ਸੇਵਾ ਕੀਤੀ ਆ ਅਸੀਂ ਮਿਹਨਤ ਰਹੇ ਹਾਂ ਅਤੇ ਇਹ ਲੋਕਾਂ ਨੇ ਇਹ ਸਮਝਿਆ ਵੀ ਪੁਲਿਸ ਵੀ ਅੱਗੇ ਚੜ੍ਹ ਕੇ ਜਿਹੜੀ ਲੋਕਾਂ ਦੀ ਸੇਵਾ ਕਰ ਰਹੀ ਆ ਇਸ ਕਰਕੇ ਸਾਡੀ ਭੈਣ ਨੇ ਤੁਸੀਂ ਸਮਝ ਕੇ ਆਪਣੇ ਭਰਾ 'ਤੇ ਰੱਖੜੀ ਬੰਨਣ ਆਏ ਆ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਅਤੇ ਲੋਕਾਂ ਨੂੰ ਸੁਨੇਹਾ ਦੇਣਾ ਚਾਹੁੰਦੇ ਹਾਂ ਵੀ ਪੁਲਿਸ ਮਾੜੀ ਨਹੀਂ ਪੁਲਿਸ ਨੂੰ ਆਪਣਾ ਬਣਾਓ ਪੁਲਿਸ ਤੁਹਾਡੇ ਨਾਲ ਸਹਿਯੋਗ ਕਰਦੀ ਆ ਹਰ ਵੇਲੇ ਦਿਨ ਰਾਤ ਤੁਹਾਡੇ ਨਾਲ ਮਿਹਨਤ ਕਰਦੀ ਆ ਅਤੇ ਇਹ ਲੱਗਦਾ ਵੀ ਜਿਵੇਂ ਤੁਹਾਡੀ ਕਰੋਨਾ ਵਾਇਰਸ ਮਹਾਂਮਾਰੀ ਕਰਕੇ ਡਿਊਟੀ ਲੱਗੀਆਂ ਵਾ ਖਾਸ ਕਰਕੇ ਇੱਥੇ ਹਾਲਤ ਲੱਗੀਆਂ ਵਾ ਤੁਹਾਡੇ ਘਰ ਹੀ ਜਾ ਗਿਆ ਇੱਕ ਰਿਸ਼ਤਾ ਜਿਹੜਾ ਭੈਣ ਪੈ ਜਾਂਦਾ ਉਹ ਨਹੀਂ ਵੀ ਖੜੀ ਬਣਾਈ ਗਈ ਇੱਥੇ ਡਾਕਟਰ ਸਾਹਿਬ ਰੱਖੀ ਬੰਨੀ ਗਈ ਆ ਉਹਦੇ ਬਾਰੇ ਕਹਿਣਾ ਚਾਹੋ? ਬਿਲਕੁਲ ਜੀ ਇਹ ਕਰੋਨਾ ਮਹਾਂਮਾਰੀ ਦੇ ਦੌਰਾਨ ਡਿਊਟੀਆਂ ਬੜੀਆਂ ਨੇ ਅਤੇ ਸਾਡੇ ਮੁੱਖ ਜਿਹੜੇ ਹੈਗੇ ਆ CP ਸਾਹਿਬ ਸਰਦਾਰ ਸੁਚੈਨ ਸਿੰਘ ਗਿੱਲ ਜੀ ਇਹਨਾਂ ਨੂੰ ਹਦਾਇਤਾਂ ਨੇ ਵੀ ਆਪਣੇ ਇਲਾਕੇ ਦੇ ਵਿੱਚ ਸਾਰੀ ਜਿਹੜੀ ਆ ਦੇਖਭਾਲ ਕਰਨਗੇ ਅਤੇ ਖਿਆਲ ਰੱਖਣਗੇ
असीं बहुत समझते हैं भी करोना दौरान असीं इलाके दे विच रह के अपनी ड्यूटी करते हैं, घरां दे विच नहीं जा सकते। असीं बड़े सुभाग्य आ कि भैन साडी अज आ के रखड़ी बन के चले आ, असीं बहुत धन्यवाद करते हैं उन्हां दा जी। अमृतसर से कैलाश प्रजापति की रिपोर्ट, लाइव भारत।